बिस्मिल्लाहिर्रहमानिर्रहीम, अस्सलामुअलैकुम। मैं हूँ आपके साथ रुबैया चौधरी और आज 14 अगस्त पाकिस्तान बने 75 साल हो गए। पाकिस्तान कैसे बना, कितनी कुर्बानियों के बाद हमें ये मुल्क मिला है, ये तो हमारे बुज़ुर्ग ही बहुत अच्छे से हमें बता सकते हैं जो कि हिजरत करके पाकिस्तान आए, जिन्होंने अपने सामने, अपनी आँखों के सामने अपने प्यारों को कुर्बान होते देखा इस वतन के लिए। मेरे साथ बुज़ुर्ग मौजूद हैं इस वक्त, इनसे पूछते हैं कि ये जब पाकिस्तान आए क्या हालात थे, कैसे पाकिस्तान बना है। अस्सलामुअलैकुम। वालेकुम सलाम। क्या हाल चाल है? अल्हम्दुलिल्लाह। अच्छा, जदों पाकिस्तान बनया तुहाडी उम्र किन्नी सी? 10 साल बाद। 10 साल च पाकिस्तान बनते वेख्या की हालात सी, किदां लोग उत्थे शहीद हो रहे सी पाकिस्तान वास्ते? बहुत सारे नाल ज़ुल्म ज़्यादतियां होईयां, असीं बहुत दुश्वारियां बहुत घाटियां गुजर के पाकिस्तान पहुँचे। जबानी कलामी करना बड़ा आसान है, लेकिन जिन्होंने वक्त देखा उन्होंने पता भी किस हालात के गुजर के पाकिस्तान में जिन्नियां कुर्बानियां असी दित्तियां ने सानू पता, इज्जतां दियां, माल दियां, कारोबार दियां, वतन दियां सब कुर्बानियां दे के पाकिस्तान हासिल होया। लेकिन जिस मकसद वास्ते पाकिस्तान हासिल होया ही वो मकसद पूरा नहीं होया। अच्छा, तुसी जदों पाकिस्तान आए किन्ने लोग सी, तुहाडी फैमिली दे किन्ने लोग सीगे जी? ਤੁਹਾਡੇ ਖਾਨਦਾਨ ਦੇ ਕਿੰਨੇ ਲੋਕ ਸੀ ਜਿਹੜੇ ਪਾਕਿਸਤਾਨ ਆਏ ਸੀ ਹਿਜਰਤ ਕਰਕੇ? ਅਸੀਂ ਤਾਂ ਜੀ ਸਿਰਫ 8-9 ਜੀ ਆਏ ਸੀਗੇ। ਸਾਡੇ ਸ਼ਹੀਦ ਕਾਫੀ ਸਾਰੇ 47 ਜੀ ਸਾਡੇ ਕੋਈ ਦਾਦੇ ਦੀ ਔਲਾਦ ਦੇ ਸ਼ਹੀਦ ਹੋਏ ਸੀ, ਜਿਨ੍ਹਾਂ ਵਿੱਚੋਂ ਅਸੀਂ 5 ਭਰਾ 2 ਔਰਤਾਂ ਉਹ ਸਿਰਫ ਇੱਧਰ ਪਾਕਿਸਤਾਨ ਪਹੁੰਚੇ ਸੀ, ਜੋ ਸਾਰੇ ਉੱਧਰ ਸ਼ਹੀਦ ਹੋਏ। ਸਾਡੀਆਂ 2 ਭੈਣਾਂ, ਸਾਡੇ ਤਾਏ ਚਾਚੇ, ਸਾਡੀਆਂ ਮਾਂ ਸਭ ਸ਼ਹੀਦ ਹੋਏ। ਤਾਈਆਂ ਚਾਚੀਆਂ 47 ਕੁੱਲੀ ਟੋਟਲੀ ਤੌਰ 'ਤੇ 47 ਜੀ ਸ਼ਹੀਦ ਹੋਏ ਸੀ ਸਾਡੇ। ਅੱਛਾ, ਮਤਲਬ ਬਹੁਤ ਮੁਸ਼ਕਿਲ ਹਾਲਾਤ ਸੀ ਜਦੋਂ ਆ ਰਹੇ ਸੀ ਅਤੇ ਅੰਗਰੇਜ਼ ਮਾਰ ਰਹੇ ਸੀ? ਬਹੁਤ ਮੁਸ਼ਕਿਲ ਹਾਲਾਤ ਸੀ, ਬਹੁਤ ਘੱਟ ਨਹੀਂ, ਕਈ ਕਈ ਦਿਨ ਸਰ ਪਾਣੀ ਨਹੀਂ ਸੀ, ਦਰੱਖਤਾਂ ਦੇ ਪੱਤੇ ਭਰੂ ਕੇ ਅਸੀਂ ਖਾ ਕੇ ਗੁਜ਼ਾਰਾ ਕਰਕੇ ਜਿਹੜਾ ਤਾਂ ਕੈਂਪਾਂ ਦੇ ਵਿੱਚ ਪਹੁੰਚੇ ਸੀ। 8-10 ਦਿਨ ਸਾਨੂੰ ਨਾ ਰੋਟੀ ਨਾ ਪਾਣੀ ਨਹੀਂ ਸੀ ਵੀ, ਦਰੱਖਤਾਂ ਦੇ ਪੱਤੇ ਖਾ ਕੇ ਅਸੀਂ ਕੈਂਪ 'ਚ ਪਹੁੰਚੇ ਸੀ। ਫਿਰ ਜਿਹੜੇ ਹਾਲਾਤ ਨਾਲ ਗੁਜ਼ਰ ਕੇ ਅਸੀਂ ਇੱਧਰ ਕੈਂਪਾਂ ਦੇ ਵਿੱਚ 7-8 ਦਿਨ ਦਾ ਰਾਸਤਾ ਅਬੂਰ ਕਰਕੇ ਪੈਦਲ ਤੁਰ ਕੇ, ਨਾ ਪੈਰਾਂ ਜੁੱਤੀ ਨਾ ਬਦਨ 'ਤੇ ਕੱਪੜਾ, ਖੁੱਲ੍ਹੇ ਅਸਮਾਨ ਥੱਲੇ ਗੁਜ਼ਾਰਨਾ, ਬਾਣਾਂ ਦੇ ਵਿੱਚ ਸੌਣਾ, ਬਾਣੇ ਦੇ ਵਿੱਚ ਬੈਠਣਾ, ਕੋਈ ਜ਼ਰੀਆ ਨਹੀਂ ਸੀ, ਕੋਈ ਪੈਸਾ ਨਹੀਂ ਸੀ ਕੋਲ, ਕੋਈ ਚੀਜ਼ ਨਹੀਂ, ਬਸ ਅੱਲਾਹ ਦੇ ਤਬੱਕਲ 'ਤੇ ਅੱਲਾਹ ਨੇ ਪਾਕਿਸਤਾਨ ਪਹੁੰਚਾ ਦਿੱਤਾ। ਬਹੁਤ ਔਖੀਆਂ ਘਾਟੀਆਂ 'ਚ ਗੁਜ਼ਰ ਗਏ ਬੇਟਾ, ਪਾਕਿਸਤਾਨ ਹਾਸਿਲ ਐਵੇਂ ਫੂਕੇ ਨਾਲ ਨਹੀਂ ਸੀ ਬਣਿਆ, ਲੇਕਿਨ ਪਾਕਿਸਤਾਨ ਦਾ ਕਦਰ ਨਹੀਂ ਕੀਤਾ ਸਾਡੇ ਹੁਕਮਰਾਨਾਂ ਨੇ, ਨਾ ਹੀ ਆਵਾਮ ਨੇ, ਅਸੀਂ ਕੀਤਾ। ਸਾਡੀਆਂ ਗਲਤੀਆਂ ਵੀ ਨੇ, ਉਹਨਾਂ ਦੀ ਵੀ ਕੋਈ ਗਲਤੀਆਂ ਹੈਗੀਆਂ, ਲੇਕਿਨ ਸਾਡੀਆਂ ਆਵਾਮ ਦੀਆਂ ਜ਼ਿਆਦਾ ਨੇ। ਤੁਸੀਂ ਪਾਕਿਸਤਾਨ ਜਦੋਂ ਆਏ ਕਿੱਦਾਂ ਆਏ, ਮਤਲਬ ਕਿ ਆਪਣੀ ਜਾਨ ਤੁਸੀਂ ਕਿੱਦਾਂ ਬਚਾਈ? ਅਸੀਂ ਜੀ ਲੋਕ ਛਿਪ ਕੇ ਰਾਤਾਂ ਨੂੰ ਸਫ਼ਰ ਕਰਦੇ ਜੀ, ਬਸ 10-11 ਵਜੇ ਫਸਲਾਂ 'ਚ ਲੁਕੇ ਰਹਿਣਾ ਕਮਾਦਾਂ ਦੇ ਵਿੱਚ। ਅੱਜ ਕੱਲ੍ਹ ਦਾ ਹੀ ਮੌਸਮ ਆਈ ਜਿਹਨੂੰ ਪੰਜਾਬੀ 'ਚ ਵੀ ਸਾਉਣ ਭਾਦੋਂ ਕਹਿੰਦੇ ਹਾਂ, ਅਤੇ ਦਿਨੇ ਲੁਕੇ ਰਹਿਣਾ, ਰਾਤ ਨੂੰ 10-11 ਵਜੇ ਜਦੋਂ ਹਿੰਦੂਆਂ ਸਿੱਖਾਂ ਨੇ ਸੌਂ ਜਾਣਾ ਉਸ ਵੇਲੇ ਨਿਕਲਣਾ, ਬਸ 3-2.5 ਵਜੇ ਤੁਸੀਂ ਸਫ਼ਰ ਕਰਨਾ। ਉਹ ਮੌਤਾਂ ਇੰਨੀਆਂ ਹੋਣ ਦੇ ਬਾਵਜੂਦ ਅਕਲ ਨਹੀਂ ਸੀ ਕੰਮ ਕਰਦਾ, ਜਿਹੜੇ ਮੈਂ ਤਾਂ ਦੱਸਦਾ ਜਿਹੜੇ ਵੱਡੇ ਭਰਾ ਸੀਗੇ ਉਹਨਾਂ ਦੇ ਵੀ ਅਕਲ ਜਿਵੇਂ ਆ ਗੁੰਮ ਹੋ ਜਾਂਦੇ ਨੇ, ਇਸ ਤਰ੍ਹਾਂ ਹੋ ਕੇ ਜਾਣ, ਕੋਈ ਰੋਣ ਨਹੀਂ ਕਿਸੇ ਨੂੰ ਹੁੰਦਾ, ਕੋਈ ਉਹ ਜਾਣੀ ਗੁੰਮ ਸ਼ੁੰਮ ਜਿਹਨੂੰ ਪੰਜਾਬੀ ਜਾਂਦੇ ਨੇ, ਉਸ ਬਸ ਸਫ਼ਰ ਕਰਨਾ, ਕਦੇ ਨਹੀਂ ਪਤਾ ਲੱਗਦਾ ਵੀ ਕਿੱਧਰ ਨੂੰ ਜਾ ਰਹੇ ਹਾਂ, ਕਿੱਧਰ ਨੂੰ ਆ ਰਹੇ ਹਾਂ, ਬਸ ਘੁੰਮ ਘੁੰਮਾ ਕੇ ਸਾਰੀ ਰਾਤ ਉੱਥੇ ਹੀ ਫਿਰੀ ਜਾਣ। 6-7 ਮੀਲ ਦਾ ਰਾਸਤਾ ਜਿਹੜਾ ਅਸੀਂ 7 ਦਿਨਾਂ 'ਚ ਤੈਅ ਕੀਤਾ ਸੀ, ਪਤਾ ਨਹੀਂ ਚੀ ਲੱਗਦਾ ਕਿ ਹੋਸ਼ ਵਾਜ ਕਹਿਣ ਦੀ, 7 ਦਿਨਾਂ 'ਚ ਨਾ ਪਾਣੀ ਨਾ ਰੋਟੀ, ਦਰਾਂ ਦੇ ਪੱਤੇ ਦਿਨੇ ਰਾਤ ਨੂੰ ਭਰੂ ਕੇ ਬੋਝੇ ਭਰ ਲੈਣੇ, ਉਹ ਦਿਨੇ ਕਮਾਦਾਂ 'ਚ ਬੈਠੇ ਜਦੋਂ ਪਿਆਸ ਲੱਗਣੀ ਵੀ ਥੋੜ੍ਹੀ ਬਾਹਲੀ ਨਮੀ ਹੁੰਦੀ ਹੈ ਪੱਤਰਾਂ ਦੇ ਵਿੱਚ, ਉਹ ਜ਼ਬਾਨ ਦੇ ਉੱਤੇ ਚਿਸਤ ਕੇ ਕੁਛ ਅੰਦਰ 'ਚ ਪਾ ਲੈਣੇ, ਕੁਛ ਮਤਲਬ ਬਾਹਰ ਦੇਣ, ਇਹਨਾਂ ਕਿਸਮਾਂ ਬਹੁਤ ਔਖੀਆਂ ਘੜੀਆਂ ਦੇ ਵਿੱਚ ਗੁਜ਼ਰ ਕੇ ਜੀ ਪਾ ਕੇ, ਉਹ ਸਾਨੂੰ ਪਤਾ ਜਾਂ ਅੱਲਾਹ ਨੂੰ ਪਤਾ ਜਿਹੜਾ ਹਾਲਾਤ ਵਿੱਚ। ਤੁਹਾਡੇ ਵਾਲਦੈਨ ਵੀ ਤੁਹਾਡੇ ਨਾਲ ਪਾਕਿਸਤਾਨ ਆਏ ਸੀ? ਨਹੀਂ ਜੀ, ਉਹ ਸ਼ਹੀਦ ਹੋ ਗਏ ਸੀ ਉਹਦੇ। ਜਦੋਂ ਪਾਕਿਸਤਾਨ ਆਏ ਤੁਸੀਂ ਉੱਥੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ? ਉੱਥੇ ਹੀ, ਉਹ ਤਾਂ ਪਿੰਡ 'ਚ ਹੀ ਸ਼ਹੀਦ ਹੋ ਗਏ ਸੀ ਉਸ ਦਿਨ। ਤੁਸੀਂ ਭੈਣ ਭਰਾ ਸਾਰੇ ਸਲਾਮਤ ਪਹੁੰਚ ਗਏ ਸੀ? ਅਸੀਂ 5 ਭਰਾ ਸਲਾਮਤ ਪਹੁੰਚੇ ਸੀ, 2 ਜਨਾਨੀਆਂ ਪਹੁੰਚੀ, ਇੱਕ ਸਾਡੀ ਵੱਡੀ ਭਰਜਾਈ, ਇੱਕ ਮੇਰੇ ਤੋਂ ਵੱਡਾ, ਉਹਦੀ ਸ਼ਾਦੀ ਹੋਈ ਸੀਗੀ ਹਾਲੇ ਤੋਰ ਤਰਾਰ ਨੇ, ਉਹਦੇ ਆਪਦੇ ਪੇਕਿਆਂ ਦੇ ਘਰ ਆਏ, ਉਹ ਇੱਧਰ ਆ ਕੇ ਫਿਰ ਲਿਆਉਂਦੀ ਆਈ, ਉਹ 2 ਔਰਤਾਂ ਸਿਰ 5 ਭਰਾ ਇੱਧਰ ਆਏ ਸੀ,
ਵਾਲਦਿਆਂ ਨੇ ਸਾਡੇ ਵਾਲਦਾ ਦੋ ਸਾਡੀਆਂ ਭੈਣਾਂ ਛੋਟੀਆਂ ਬੱਚੀਆਂ ਦੀ ਚਾਚੀਆਂ ਤਾਈਆਂ ਫੁੱਫੀਆਂ ਮਾਸੀਆਂ ਜਾਣੀ ਇੱਕੋ ਦਾਦੇ ਦੀ ਔਲਾਦ 47 ਜੀ ਸ਼ਹੀਦ ਹੋਏ ਜਾਣੇ ਸਾਡੇ। ਬਜ਼ੁਰਗਾਂ ਦਾ ਕਹਿਣਾ ਕਿ ਪਾਕਿਸਤਾਨ ਜਿਸ ਮਤਲਬ ਵਾਸਤੇ ਬਣਾਇਆ ਗਿਆ ਸੀ ਉਹ ਮਤਲਬ ਪੂਰਾ ਨਹੀਂ ਹੋਇਆ, ਉਹ ਮਕਸਦ ਅਸੀਂ ਕਿਸੇ ਹੋਰ ਸਾਈਡ ਨੂੰ ਨਿਕਲ ਗਏ ਹਾਂ ਹੁਣ। ਅੱਛਾ, ਪਾਕਿਸਤਾਨ ਬਣਾਉਣ ਦਾ ਮਕਸਦ ਤੁਹਾਡੀ ਨਜ਼ਰ 'ਚ ਕੀ ਸੀ? ਪਾਕਿਸਤਾਨ ਦਾ ਮਕਸਦ ਸੀ ਉਸ ਵੇਲੇ ਸਾਨੂੰ ਜਿਹੜੇ ਲੀਡਰ ਹਨ ਮੁਸਲਿਮ ਲੀਗ ਦੇ ਪੂਰੀ ਹੋਸ਼ ਜਿਹੜਾ ਮੇਰਾ ਵਾਲਦਾ ਸੀ ਉਹ ਮਾਸ਼ਾਅੱਲਾ ਹਾਂ ਤਾਂ ਅਨਪੜ੍ਹ ਪਰ ਸਾਡੇ ਤੇਲਾ ਦੀ ਬੜੀ ਕਰਮ ਨਮਾਜ਼ੀ ਆਈ। ਆਹ ਮਕਾਨ ਵੀ ਹੁਣ ਮੇਰੇ ਬੇਟੇ ਦਾ, 3 ਬੇਟੇ ਨੇ ਮੇਰੇ, ਦੂਸਰੇ ਵੀ 2 ਇਸੇ ਤਰ੍ਹਾਂ ਨੇ, ਮਤਲਬ ਬਹੁਤ ਕੁਛ ਅੱਲਾਹ ਦਾ ਅਹਿਸਾਨ ਆ। ਲੇਕਿਨ ਉੱਧਰ ਬਹੁਤ ਖੁਸ਼ਹਾਲੀ ਸੀਗੀ, ਮੇਰਾ ਜਿਹੜਾ ਵਾਲਦ ਤੇ ਅਨਪੜ੍ਹ ਤੇ ਸੂਝਬੂਝ ਆਈ ਉਹ ਮੁਸਲਿਮ ਲੀਗ ਦਾ ਮੈਂਬਰ ਆਈ 5-6 ਪਿੰਡਾਂ ਦਾ, ਮੈਂ ਉਹਦੇ ਨਾਲ ਜਲਸਾ ਕਿਤੇ ਹੁੰਦਾ ਸੀਗਾ ਜੋ ਇਸ ਤਰ੍ਹਾਂ ਕੁਰਾਨ ਸ਼ਰੀਫ ਹੱਥ 'ਚ ਉਠਾਉਣ ਜਾਣ ਜਿਹੜੇ ਮੁਸਲਿਮ ਲੀਗ ਦੇ ਉਸ ਵੇਲੇ ਮੈਂਬਰ ਹਨ, ਵੱਡੇ ਜਲਸੇ ਕਰਦੇ ਹਨ। ਉਹਦੇ ਅਗਲੇ ਸਾਨੂੰ ਪਾਕਿਸਤਾਨ ਅੱਲਾਹ ਤਾਲਾ ਨੇ ਟੁਕੜਾ ਆਜ਼ਾਦੀ ਦਾ ਦੇ ਦਿੱਤਾ, ਉੱਥੇ ਇਸ ਕੁਰਾਨ ਦੇ ਹਕੂਮਤ ਹੋਏਗੀ, ਬੰਦਾ ਜਿਹੜਾ ਹੋਏਗਾ ਹੁਕਮਰਾਨ ਨਹੀਂ ਹੋਏਗਾ ਕੌਮ ਦਾ ਖਾਦਮ ਹੋਏਗਾ। ਪਰ ਪਹਿਲੀਆਂ 2 ਸ਼ਖਸੀਅਤਾਂ ਸਾਨੂੰ ਵਾਕਿਆਤਨ ਖਾਦਮ ਮਿਲੀਆਂ ਨੇ, ਕੈਦ ਆਜ਼ਮ ਮੁਹੰਮਦ ਅਲੀ ਜਿਨਾਹ ਔਰ ਲਿਆਕਤ ਅਲੀ। ਉਸ ਤੋਂ ਬਾਅਦ ਸਾਨੂੰ ਕੋਈ ਵੀ ਕੌਮ ਦਾ ਖਾਦਮ ਨਹੀਂ ਮਿਲਿਆ, ਕਹਿੰਦੇ ਸੀਗੇ ਵੀ ਖਾਦਮ ਹੋਣਗੇ ਹਾਕਮ ਨਹੀਂ ਹੋਣੇ। ਲੇਕਿਨ ਸਭ ਜ਼ਾਲਮ ਹੀ ਆਏ ਨੇ ਜਿਹੜੇ ਕਿਸੇ ਪਾਕਿਸਤਾਨ ਦੇ ਨਾਲ ਹਮਦਰਦੀ ਨਹੀਂ ਕੀਤੀ, ਜ਼ੁਲਮ ਜ਼ਿਆਦਤੀਆਂ ਕੀਤੀਆਂ ਨੇ ਪਾਕਿਸਤਾਨ ਦੇ ਨਾਲ। ਪਾਕਿਸਤਾਨ ਜੇ ਅਸਲਮਾਨਿਆਂ 'ਚ ਜਿਹੜਾ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ, ਸਾਡੀਆਂ ਜਿਹਦੇ ਨਾਲ ਵਾਅਦੇ ਕੀਤੇ ਗਏ ਹਨ ਕੌਮ ਦੇ ਨਾਲ, ਉਹ ਵਾਅਦਾ ਕਿਸੇ ਹੁਕਮਰਾਨ ਨੇ ਵੀ ਨਹੀਂ ਅੱਜ ਤਾਈਂ ਪੀਤਾ। ਅੱਛਾ, ਹੁਣ ਦੀ ਪੀੜ੍ਹੀ ਜਿਹੜੀ ਆ, ਅੱਜ ਦੀ ਆਵਾਮ ਜਿਹੜੀ, ਇਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ, ਇਹਨਾਂ ਨੂੰ ਕੀ ਕਰਨਾ ਚਾਹੀਦਾ? ਨਹੀਂ ਤਾਂ ਅਸੀਂ ਤਾਂ ਜੀ ਬਸ ਇਹੀ ਦੁਆ ਕਰਦੇ ਹਾਂ ਵੀ ਜਿਹੜਾ ਸਾਡਾ ਨੌਜਵਾਨ ਤਬਕਾ ਇਹ ਮੁਆਸ਼ਰਾ ਬਹੁਤ ਤਬਾਹ ਹੋ ਚੁੱਕਿਆ, ਲੇਕਿਨ ਇਹ ਮਨਸੂਬੇ ਤਹਿਤ ਹੋ ਰਿਹਾ ਸਭ ਕੁਛ ਬਗੈਰ ਮਨਸੂਬੇ ਦੇ। ਤੁਸੀਂ ਪੜ੍ਹੇ ਲਿਖੇ ਹੋ, ਸਾਡੇ ਨਾਲ ਬਾਹਲਾ ਸਮਝਦੇ, ਮੈਂ ਇੰਨਾ ਪੜ੍ਹਿਆ ਹੋਇਆ ਨਹੀਂ, ਥੋੜ੍ਹਾ ਜਿਹਾ ਪੜ੍ਹਿਆ ਕਿ ਜੇ ਕੁਛ ਹੋ ਰਿਹਾ ਸਾਡੇ ਮੁਆਸ਼ਰੇ ਵਿੱਚ ਸਭ ਕੁਛ ਮਨਸੂਬੇ ਦੇ ਤਹਿਤ ਹੋ ਰਿਹਾ, ਔਰ ਉਹਨਾਂ ਦੇ ਏਜੰਡੇ ਵਿੱਚ ਇਹ ਗੱਲ ਗੈਰ ਮੁਸਲਿਮ ਵੀ ਇਹਨਾਂ ਦੀ ਕੌਮ ਦਾ ਬੇੜਾ ਤਬਾਹ ਕਰ ਦਿਓ, ਇਹਨਾਂ ਨੂੰ ਤਲੀਮ ਨਾ ਲੈਣ, ਕਿਸੇ ਨਾਲ ਸਕੂਲ ਕਾਲਜ ਸਭ ਬੰਦ ਪਏ ਨੇ, ਸਾਡੇ ਬੱਚੇ ਪੜ੍ਹਦੇ ਨੇ, ਜੇ 4 ਦਿਨ ਪੜ੍ਹਦੇ ਨੇ ਤਾਂ 4 ਮਹੀਨੇ ਛੁੱਟੀਆਂ ਹੁੰਦੀਆਂ ਨੇ, ਤੁਹਾਨੂੰ ਹੀ ਪਤਾ ਹੋਣਾ, ਕੋਈ ਕੰਟਰੋਲ ਨਹੀਂ, ਕੋਈ ਵਿਚਾਰੇ ਤਲੀਮ ਹਾਸਲ ਕਰਨਗੇ, ਇਹਨਾਂ ਦੀ ਸੂਝਬੂਝ ਤਰੱਕੀ ਵਾਲੇ ਪਾਸੇ ਆਏਗੀ, ਜੇ ਸਾਡੇ ਨਾਲ ਕੋਈ ਮੁਤਾਲਬੇ ਕਰਨਗੇ, ਸਾਡੇ ਮੁਕਾਬਲਾ ਕਰਨਗੇ, ਇਹਨਾਂ ਨੂੰ ਆਪਦੇ ਥੱਲੇ ਹੀ ਰੱਖੋ। ਇਹ ਸਭ ਕੁਝ ਮਨਸੂਬੇ ਤਹਿਤ ਰਿਹਾ, ਅਸੀਂ ਪੜ੍ਹਿਆ ਲਿਖਿਆ ਕੋਲੋਂ ਸੁਣਦੇ ਰਹਿੰਦੇ ਹਾਂ, ਮਤਲਬ ਇਹ ਨਹੀਂ ਵੀ ਆਪਦਾ ਐਡਾ ਇਲਮ ਨਹੀਂ, ਇਹ ਮਨਸੂਬੇ ਤਹਿਤ ਹੋ ਰਿਹਾ ਵੀ ਇਹਨਾਂ ਦੀ ਕੌਮ ਦਾ ਬਿਲਕੁਲ ਇਹਨਾਂ ਨੂੰ ਥੱਲੇ ਲਾ ਦਿਓ। ਕੁਛ ਕਾਸੇ ਜੋ ਸਾਡੀ ਕਿਸਮਤ ਦੇ ਫੈਸਲੇ ਇੱਥੇ ਨਹੀਂ ਹੁੰਦੇ, ਮਤਲਬ ਇਹ ਤੁਹਾਨੂੰ ਵੀ ਪਤਾ ਵਾਸ਼ਿੰਗਟਨ ਸ਼ਹਿਰ ਆ ਤਾਰੋ ਖਿਲਾਫਾ ਅਮਿਕ, ਸਾਡੀ ਕਿਸਮਤ ਦੇ ਫੈਸਲੇ ਉੱਥੇ ਹੁੰਦੇ ਨੇ, ਸਾਡੇ ਪਾਕਿਸਤਾਨ ਦਾ ਨਿਸਾਬ ਜਿਹੜਾ ਉਹ ਉੱਥੇ ਪਾਸ ਹੁੰਦਾ, ਵੀ ਇਹ ਸਾਡੀ ਗੈਰਤ ਦਾ ਕੋਈ ਤਕਾਜ਼ਾ? ਸਾਡੇ ਪਾਕਿਸਤਾਨ ਦੇ ਵਿੱਚ ਕੋਈ ਥੋੜ੍ਹੇ ਆਲਮ ਨੇ, ਥੋੜ੍ਹੇ ਇਲਮ ਵਾਲੇ ਹਨ ਜਿਹੜੇ ਬੜੀ ਬੜੀ ਤਲੀਮ ਯਾਫਤਾ ਅੱਛੇ ਲੋਕ ਵੀ ਹੈਗੇ, ਇਹ ਨਹੀਂ ਹਰ ਜਮਾਤ ਦੇ ਵਿੱਚ ਅੱਛੇ ਵੀ ਹੁੰਦੇ ਨੇ ਬੁਰੇ ਵੀ ਹੁੰਦੇ ਨੇ, ਸਾਰੇ ਬੁਰੇ ਨਹੀਂ ਹੁੰਦੇ, ਬੜੀ ਬੜੀ ਤਲੀਮ ਵਾਲੇ ਬੜੇ ਬੜੇ ਕਾਬਲ ਲੋਕ ਪਏ ਨੇ, ਉਹ ਨਹੀਂ ਨਿਸਾਬ ਬਣਾ ਸਕਦੇ ਸਭ ਵਿੱਚ, ਸਾਡਾ ਜਿਹੜਾ ਜਿੰਨੀ ਨਿਸਾਬ ਦੇ ਵਿੱਚ ਤੁਹਾਨੂੰ ਪਤਾ ਹੋਣਾ ਤੁਸੀਂ ਮਿਲਣ ਬੜੇ ਸਭ ਜਿਹੜੀਆਂ ਅੱਗੇ ਕੁਰਾਨ ਦੀਆਂ ਇੱਦਾਂ ਹੁੰਦੀਆਂ ਸੀਗੀਆਂ ਮੁਜਾਹਿਦਾਂ ਦੇ ਬੜੇ ਬੜੇ ਕਾਰਨਾਮੇ ਵਿੱਚ ਸਭ ਖਰਚ ਕਰ ਦਿੱਤੇ ਨੇ, ਕੋਈ ਨਹੀਂ ਕਿਸੇ ਕਿਤਾਬ ਦੇ ਵਿੱਚ ਵੀ ਮਿਲਦਾ, ਬੱਚਿਆਂ ਨੂੰ ਕਿਵੇਂ ਪਤਾ ਲੱਗੇ ਵੀ ਅਸੀਂ ਕੌਣ ਹਾਂ, ਸਾਡੀ ਹੈਸੀਅਤ ਕੀ ਹੈ, ਸਾਡੀ ਬੁਕਤ ਕੀ ਆ, ਸਾਡਾ ਇਮਾਨ ਦਾ ਤਕਾਜ਼ਾ ਕੀ ਹੈ, ਸਾਨੂੰ ਅੱਲਾਹ ਨੇ ਪੈਦਾ ਕਿਸ ਪਾਸੇ ਕੀਤਾ, ਮਕਸਦ ਕੀ ਹੈ ਅੱਲਾਹ ਤਾਲਾ ਦਾ ਇਨਸਾਨ ਨੂੰ ਜ਼ਮੀਨ ਦੇ ਉੱਤੇ ਭੇਜਣ ਦਾ, ਐਵੇਂ ਬੇਮਕਸਦ ਨਹੀਂ ਅੱਲਾਹ ਤਾਲਾ ਨੇ ਇਨਸਾਨ ਨੂੰ ਭੇਜਿਆ, ਕਿਸੇ ਮਕਸਦ ਵਾਸਤੇ ਇਨਸਾਨ ਨੂੰ ਪੈਦਾ ਕੀਤਾ, ਲੇਕਿਨ ਉਹ ਅਸੀਂ ਮਕਸਦ ਭੁੱਲ ਗਏ ਹਾਂ, ਜੇ ਸਾਡੇ ਬੱਚਿਆਂ ਨੇ ਪੜ੍ਹਨਾ ਹੀ ਨਹੀਂ ਨਿਸਾਬ ਦੇ ਵਿੱਚ ਉਹ ਚੀਜ਼ ਪੜ੍ਹਨੀ ਨਹੀਂ, ਉਹਨਾਂ ਨੂੰ ਪਤਾ ਵਿਚਾਰਿਆਂ ਨੂੰ ਕਿੱਥੋਂ ਲੱਗਣਾ। ਜੀ ਬਿਲਕੁਲ, ਬਜ਼ੁਰਗਾਂ ਦਾ ਕਹਿਣਾ ਸੀ ਕਿ ਇਹ ਮੁਲਕ ਜਿਹੜਾ ਬਣਿਆ ਪਾਕਿਸਤਾਨ ਇਸਲਾਮੀ ਰਿਆਸਤ ਬਣਿਆ, ਇਸਲਾਮ ਦੇ ਨਾਮ 'ਤੇ ਬਣਿਆ ਤਾਂ ਕਿ ਮੁਸਲਮਾਨ ਆਪਣੀ ਜ਼ਿੰਦਗੀ ਸਕੂਨ ਦੇ ਨਾਲ ਗੁਜ਼ਾਰ ਸਕਣ ਪਾਕਿਸਤਾਨ 'ਚ, ਲੇਕਿਨ ਅਸੀਂ ਆਪਣੇ ਮਜ਼ਹਬ ਤੋਂ ਦੂਰ ਹੁੰਦੇ ਜਾ ਰਹੇ ਹਾਂ, ਅਸੀਂ ਆਪਣੀ ਸੱਚਾਈ ਤੋਂ ਦੂਰ ਹੁੰਦੇ ਜਾ ਰਹੇ ਹਾਂ ਕਿ ਅਸੀਂ ਪਾਕਿਸਤਾਨ ਕਿਸ ਵਾਸਤੇ ਹਾਸਲ ਕੀਤਾ ਸੀਗਾ।
पाकिस्तान सानू किसी प्लेट च रख के नहीं मिलिया सी, पाकिस्तान बहुत सारिया कुर्बानिया तो बाद मिलिया सी। सानू सारिया नू मिल के चाहिए अपने मुल्क की हिफाजत करिए, क्योंकि ये साढ़े बुजुर्गों ने साढ़े आबाओ अजदाद ने कुर्बानिया दे के सानू ये मुल्क दिता सी कि असी आज़ादी नाल इत्थे रह सकीए। अपने मुल्क की हिफाजत करो ताकि तुसीं आने वाले वक्त दे विच मुश्किलों तो बच सको। इंशाल्लाह अगले प्रोग्राम च दोबारा हाजिर होवांगी, उदों तक इजाज़त दिओ। पाकिस्तान जिंदाबाद।